सत श्री अकाल जी सारिआं नूं, राम राम सलाम। मैं तुहाडा दोस्त एंड होस्ट बिट्टू निजामपुर स्वागत करदा जी एक न्यू होर वीडियो विच। किसान वीरो, अज आपां फिर तों पहुंचे हां पिंड कोटला टक बिरदी एग्रो वर्क्स वालिआं दे। ते इहनां दी पहलां वी आपां ट्रालीआं ने वीडियो बनाईआं ने, इस बार वीर जी उहनां ने ट्रालीआं काफ़ी बनातीआं। एक बार कैमरा मार दे वीरे, जो गठ वालीआं ट्रालीआं ने ते दूजीआं ट्रालीआं वी बनाउंदे ने, ते चलण दे विच बहुत शुद्ध ने ट्रालीआं इहनां दीआं। ते इह बनाईआं ने तवीआं इहनां ने हाइड्रोलिक। तो कली कली चीज़ यानी क्वालिटी वाइज आ, तो किन्ने किलो का तवा लाया, किहड़े बैरिंग लाया, तो होर मान ला किहड़ियां सीलां ने, तो यानी कली कली चीज़ पुछांगे वीर तों किवें मजबूती वाइज आ। यानी ज़्यादा गल्लां ना करदे होए आपां करदे आ भाई जी नाल गल्लबात। जे वीडियो बने रहो वीडियो नाल, जे वीडियो वधिया लगे तां वीडियो नूं शेयर जरूर कर लिया करो, तो चैनल नूं सबसक्राइब कर लिया करो, फेसबुक ते तां फॉलो कर लिया करो। सत श्री अकाल वीर जी। सत श्री अकाल जी, स्वागत करते हैं साडे यूट्यूब चैनल ते। हाँ जी, तुहाडे बहुत बहुत स्वागत है जी। थैंक यू वीर जी। तो आप गलबात करते हैं स्टार्ट, आपां किसानां नूं ना अपनी जो हाइड्रोलिक तवियां बनाईयां ने आपां पूरी डिटेल दे विच जानकारी देखनी आ वी इहदे विच की खासियत आ, होरां नालों की वखरा। हाँ जी हाँ। तो देखण दे विच तां जे आपां गल करिए किसान वीरो, बहुत लुक वाइज सोहणियां ने, मजबूती दे नाल सोहणापन भी इन्हां दे विच बहुत आ, क्योंकि चीज़ हरेक है मजबूत बनाउंदे ने। पहलां भी आपां इन्हां दी वीडियो बनाईआं ने, ते जे गल करदे आपां इन्हां दी हिच तों स्टार्ट, ते इत्थों देखिए, ते इह भी वीरे तुसीं बड़ी हैवी लाई आ। हाँ जी, उह सारा सिस्टम हुक दे सिर ते हुंदा वीरे, इह चीज़ दा सही गल आ। हाँ जी हाँ, आ चीज वगैरह इत्थों भी मतलब घुमाउणी वगैरह भी खोल दित्ते आ कि नहीं? हाँ जी, जिधरों मर्जी हुक दी मूवमेंट कर लो। हाँ हाँ, यानी तुसीं बहुत वधिया बना के लाई आ। हाँ जी, ਮਨਿਆਦ ਬਹੁਤ ਹੁੰਦੀ ਹੈ। ਪੈਪ ਨੂੰ ਕੋਈ ਨੁਕਸਾਨ ਨਹੀਂ ਹੁੰਦਾ, ਪੈਪ ਨੂੰ ਨੁਕਸਾਨ ਨਹੀਂ ਹੁੰਦਾ ਕੋਈ ਇਹਦੇ ਨਾਲ, ਦਸ ਦਸ ਦੀਆਂ ਤਵੀਆਂ ਨੇ ਕਿਸਾਨ ਵੀਰੋ। ਤੇ ਜੇ ਆ ਗੱਲ ਕਰੀਏ ਆਪਾਂ ਸਪਰਿੰਗ ਕਾਹਦੇ ਵਾਸਤੇ ਲਗਾਏ ਨੇ ਇਹਨਾਂ ਵੀਰੇ? ਡਬਲ ਐਕਸ਼ਨ ਮੰਨ ਲਓ ਇਹਨੂੰ। ਹਾਂਜੀ ਵੀਰ ਜੀ, ਡਬਲ ਐਕਸ਼ਨ ਦਵੀਆਂ ਨੇ। ਅੱਛਾ ਅੱਛਾ, ਇਹ ਟਰੈਕਟਰ ਦੀ ਹੁੱਕ ਚ ਵੀ ਯੂਜ਼ ਹੁੰਦੀਆਂ ਨੇ ਤੇ ਆਪਣੇ ਡਰਾਈਵਰ ਚ ਵੀ ਯੂਜ਼ ਹੁੰਦੀਆਂ। ਅੱਛਾ, ਇਥੋਂ ਪਿੰਨ ਕੱਢ ਦੋ ਫਿਰ ਇਹ ਟਰੈਕਟਰ ਦੀ ਹੁੱਕ ਚ ਪੈ ਜਾਂਦੀਆਂ ਨੇ ਮੂਰੇ। ਅੱਛਾ ਅੱਛਾ, ਹੁੱਕ ਵਾਸਤੇ ਆ। ਹਾਂ ਹਾਂ ਹਾਂ, ਠੀਕ ਹੈ ਜੀ। ਆਪਣੇ ਡਰਾਈਵਰ ਵਾਸਤੇ ਜਾਂ ਪੇਜ ਆਪਾਂ ਬੁਸ਼ ਲਾਇਆ ਹੋਇਆ, ਠੀਕ ਹੈ, ਬੁਸ਼ ਵੀ ਮੁੜ ਕੇ ਹਿਲਦੀ ਐ ਤੋਂ ਬੁਸ਼ ਖੁੱਲਾ ਸਰਾ ਖੁੱਲੇ ਨੇ ਕੀ ਵਰਨ ਤਵੀਆਂ ਦੇ, ਉਹ ਚੀਜ਼ ਨਹੀਂ ਜਮਾਈ ਹੋ ਗਈ। ਇਹ ਡਰਾਈਵਰ ਵਾਸਤੇ ਆ, ਇਹ ਟਰੈਕਟਰ ਦੀ ਹੁੱਕ ਵਾਸਤੇ ਆ, ਇਹ ਸਪਰਿੰਗ ਮੰਨ ਲਾ ਸ਼ੌਕਰ ਦਾ ਕੰਮ ਕਰਦੇ ਆ ਫਿਰ। ਸ਼ੌਕਰ ਦਾ? ਹਾਂ, ਸ਼ੌਕਰੇ ਨੇ ਜੀ। ਹਾਂ ਠੀਕ ਹੈ, ਆ ਪਿੰਨ ਨਿਕਲੇ ਦੀ ਹੋ ਰਹੀ ਦੀ। ਹਾਂ ਹਾਂ, ਫਿਰ ਇਹ ਆਪਣੇ ਡਰਾਈਵਰ ਚ ਉਹ ਚ ਪੈ ਜਾਂਦੇ ਨੇ। ਅੱਛਾ, ਚਾਹ ਪਿੰਨ ਕੱਢ ਕੇ? ਹਾਂ ਜੀ ਠੀਕ ਹੈ ਠੀਕ ਹੈ। ਤੇ ਕਿਸਾਨ ਵੀਰੋ ਦੇਖ ਸਕਦੇ ਹੋ ਤੁਸੀਂ, ਤੇ ਦਸ ਦਸ ਦੀਆਂ ਤਵੀਆਂ ਨੇ ਵੀਰੇ, ਦਸ ਦਸ ਦੀਆਂ ਵੀਰੇ। ਤੇ ਕਿਹੜੇ ਤਵੇ ਕਿਹੜੇ ਲਾਏ ਹੋਏ ਇਹਨਾਂ ਨੂੰ? ਤਵੇ ਵੀਰੇ ਟਸਕਰ, ਟਸਕਰ ਦੇ ਤਵੇ ਲਾਏ ਹੋਏ ਆ। ਹਾਂ ਜੀ, ਤੇ ਤਾਂ ਬੜੀ ਬਹੁਤ ਇਹਨਾਂ ਨੂੰ ਤਵੇ ਬੜੀ ਬਹੁਤ ਨੇ। ਹਾਂ ਜੀ ਹਾਂ ਵੀਰੇ, ਇਹ ਤਾਂ ਦੇਖਣ ਨੂੰ ਐਂ ਲੱਗਦਾ ਵੀ ਜਿਵੇਂ ਬੱਟਾਂ ਵਾਲੇ ਜਿੰਦੇ ਦੇ ਨਹੀਂ ਹੁੰਦੇ। ਹਾਂ ਜੀ ਤਵੇ, ਹਾਂ ਜੀ ਉਹ ਵੀ ਵੀਰੇ ਲਾਏ ਹੋਏ ਆ। ਕਿਸਾਨ ਵੀਰ ਆ ਦੇਖ ਲਓ ਮਾਡਲ 2024 ਨਾਲੇ ਸਾਲ ਦੇ ਚਾਗੀਆਂ ਮੀਨਾ ਡੇਟ ਰਹਿ ਗਿਆ ਜੀ, ਮੀਨਾ ਡੇਟ ਰਹਿ ਗਿਆ, ਨੰਬਰ 1 ਕੁਆਲਿਟੀ। ਤੇ ਆ ਲਾਲ ਬੱਤੀ ਲਾਤੀ ਮਨਿਸਟਰ ਵਾਲੀ ਕਿ ਨਹੀਂ? ਹਾਂ ਜੀ ਹਾਂ, ਇਹ ਵੀ ਜ਼ਰੂਰੀ ਆ ਵੈਸੇ, ਰਾਤ ਨੂੰ ਬਾਹਰਲੇ ਮੁਲਕਾਂ 'ਚ ਤਾਂ ਲਾਉਂਦੇ ਨੇ। ਮੈਂ ਹਾਂ ਜੀ ਲਾਉਂਦੇ ਨੇ। ਹਾਂ ਜੀ ਹਾਂ, ਬਾਹਰਲੀਆਂ ਕੰਟਰੀਆਂ 'ਚ ਲੈ ਕੇ ਆਇਆ। ਹਾਂ ਜੀ, ਤੇ ਜ਼ਰੂਰੀ ਹੈ ਪਤਾ ਲੱਗਦਾ ਰਹੇ ਬਈ। ਹਾਂ ਜੀ ਹਾਂ ਜੀ, ਕੋਈ ਇੰਪਲੀਮੈਂਟ ਜਾ ਰਿਹਾ ਕਿ ਨਹੀਂ? ਹਾਂ ਜੀ ਹਾਂ, ਕਿਸਾਨੀ ਦਾ। ਹਾਂ ਜੀ, ਤੇ ਜੇ ਗੱਲ ਕਰੀਏ ਵੀਰੇ ਵੀ ਹੱਬਾਂ ਦੀ, ਹੱਬਾਂ ਕਿਵੇਂ ਨੇ? ਹੱਬਾਂ ਫੁੱਲ ਹੈ ਵੀ ਵੀਰੇ, ਫੁੱਲ ਹੈ ਵੀ ਹੱਬਾਂ ਲੱਗ ਗਏ ਨੇ ਕਿ ਨਹੀਂ? ਹਾਂ, 14 ਨੰਬਰ ਬੈਰਿੰਗ ਨੇ। ਹਾਂ ਜੀ ਹਾਂ ਜੀ, ਸੀਲਾਂ ਪੂਰੀ ਹੈ ਵੀ ਪਾਉਨੇ ਆਪਾਂ ਜੀ। ਤੇ ਸੀਲਾਂ ਕਿਹੜੀਆਂ ਪਾਉਨੇ ਇਹਨਾਂ ਵਿੱਚ ਆਪਾਂ? ਸੀਲਾਂ ਵੀਰੇ ਪੈਂਥਰ, ਪੈਂਥਰ ਹੈ? ਹਾਂ ਜੀ, ਪੂਰੀ ਹੈ ਵੀ ਸੀਲਾਂ। ਹਾਂ ਹਾਂ, ਤੇ ਆ ਜਾਓ ਇੱਧਰ ਜੀ ਵੀ ਦੇਖਦੇ ਆ ਆਪਾਂ ਸਾਰੀ ਆ ਕਟਿੰਗਾਂ ਦੇਖੋ। ਹਾਂ, ਲੇਜ਼ਰ ਤੇ ਸਾਰੀ ਕਟਿੰਗ ਰਹੀ ਆਪਾਂ ਨੇ। ਆ ਲੇਜ਼ਰ ਤੇ ਕਟਿੰਗ ਆ ਜਾਨੀ ਬਹੁਤ ਵਧੀਆ, ਬਿਲਡਿੰਗ ਦਾ ਦੇਖਣ ਨੂੰ ਬਹੁਤ ਘੱਟ ਮਿਲਦੀ ਆ। ਜੇ ਦੇਹਗੇ ਵੀ ਆ ਬਿਲਡਿੰਗ, ਕਿਸਾਨ ਵੀਰੋ ਦੇਖ ਲਓ ਨਾਲੇ ਮਲਾਈ ਪਈ ਆ ਸਾਰੀ ਬਿਲਡਿੰਗ ਉੱਤੋਂ। ਹਾਂ ਹਾਂ, ਠੀਕ ਆ, ਬਿਲਡਿੰਗ ਆ ਸਾਰੀ ਹੈ। ਹਾਂ ਜੀ ਹਾਂ, ਆ ਦੇਖ ਲਓ ਕਿਸਾਨ ਵੀਰੋ, ਪੂਰਾ ਪਤਾ ਨਹੀਂ ਲੱਗਦਾ ਹੈਗਾ ਨਾਲੇ ਮਲਾਈ ਪਈ ਆ। ਤੇ ਉਹ ਜੈਕ ਵਗੈਰਾ ਖੋਲਣ ਨੂੰ ਤਵੀਆਂ? ਖੋਲਣ ਵਾਲੀ? ਹਾਂ ਹਾਂ, ਜੈਕ ਖੋਲੋਗੇ ਤਾਂ ਹਿੱਸਾ ਆਟੋਮੈਟਿਕਲੀ ਪਿੱਛੋਂ ਆਪਣਾ ਉੱਪਰ ਆ ਜਾਣਾ। ਅੱਛਾ, ਜੈਕ ਖੋਲਾਂਗੇ ਤਾਂ ਨਹੀਂ ਤਵੀਆਂ ਖੁੱਲਣਗੀਆਂ, ਉਹਨਾਂ ਹਿੱਸਾ ਆਪਣਾ ਹਿੱਸਾ ਆਟੋਮੈਟਿਕਲੀ ਉੱਪਰ ਚੱਕਿਆ ਜਾਣਾ ਇਹ। ਠੀਕ ਆ ਠੀਕ ਆ। ਤੇ ਵੀਰੇ ਫਿਰ ਇਹਨਾਂ ਨੂੰ ਗ੍ਰੀਸ ਗਰੂਸ ਵਗੈਰਾ ਕਰਨ ਨੂੰ? ਗ੍ਰੀਸ ਆਪ ਰੱਖਿਆ ਇਸ ਤਰ੍ਹਾਂ ਦੇਖੋ, ਇੱਥੇ ਆਪਾਂ ਇੱਕ ਕਰਕੇ ਨਾ ਨਿੱਪਲ ਲਾਣੇ ਬਾਅਦ। ਅੱਛਾ, ਇੱਧਰ ਨਿੱਪਲ ਲਾ ਦੇਣੇ? ਹਾਂ, ਅਜੇ ਥੋੜਾ ਬਹੁਤਾ ਕੰਮ ਰਹਿੰਦਾ ਕਿਸਾਨ ਵੀਰੋ ਬਰੀਕੀ ਦਾ ਇਹਨਾਂ ਦਾ। ਹਾਂ ਜੀ। ਤੇ ਜੇ ਗੱਲ ਕਰੀਏ ਬੈਕ ਸਾਈਡ ਤੋਂ ਉੱਪਰ ਹੁਣ ਆਪਾਂ ਗ੍ਰੀਸ ਕਰਕੇ ਫਿਰ ਲਾਵਾਂਗੇ ਉਹਨੂੰ। ਹਾਂ 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 ਜੀ ਹਾਂ ਜੀ। ਤੇ ਆਹ ਲਾਈਟਾਂ ਵੀ ਲਾਈਆਂ ਨੇ ਵੀਰੇ? ਹਾਂ ਜੀ ਹਾਂ। ਯਾਨੀ ਸੇਫਟੀ ਦਾ ਪੂਰਾ ਧਿਆਨ ਰੱਖਿਆ ਹੋਇਆ ਜੀ? ਪੂਰਾ ਪੂਰਾ, ਕਿਉਂ ਇਹ ਬਾਇਆ ਵੱਜ ਜਾਂਦਾ ਨਾ। ਹਾਂ ਹਾਂ, ਉਹਦੇ ਕਰਕੇ ਵੀ ਸਭ ਕੁਝ ਲਾਉਣਾ ਪੈਂਦਾ ਆਪਾਂ। ਸਹੀ ਗੱਲ ਆ। ਹਾਂ ਜੀ। ਤੇ ਯਾਨੀ ਆਹ ਚੀਜ਼ ਤੁਹਾਡੀ ਬੜੀ ਵਧੀਆ ਆਈ ਵੀ ਜਿਵੇਂ ਜਿਵੇਂ ਜੈਕ ਖੁੱਲੀ ਜਾਣਾ ਤੇ ਆਪਣੇ ਟਾਇਰ ਆਪਣੇ ਤਾਹਾਂ ਉੱਪਰ ਉੱਠੀ ਜਾਣੇ ਆ। ਆਪਾਂ ਪਿੰਨਾਂ ਵੀ ਸਾਰੀਆਂ ਗ੍ਰੀਸ ਵਾਲੀਆਂ ਲਾਈਆਂ ਨੇ। ਅੱਛਾ, ਜਿਵੇਂ ਮੰਨ ਲਓ ਆਪਣੇ
ਛੋਟੇ ਅੱਛੀ ਹੋਰ ਇਹ ਕਮਾਣੀ ਦੀਆਂ ਪਿੰਨਾਂ ਨੇ ਸਾਰੀਆਂ ਇਹ ਅੱਛਾ ਆਪਾਂ ਨੇ ਉਹ ਪਾ ਕੇ ਆਉਣਾ ਗ੍ਰੀਸ ਹੁੰਦਾ ਰਹਿੰਦਾ ਨੇ ਉਹਨਾਂ ਨੇ ਮੂੰਹ ਵਰਕ ਕਰਨਾ ਇਹਨਾਂ ਨੇ ਮੂੰਟ ਕਰਨਾ ਹਾਂ ਹਾਂ ਉਹਦੇ ਕਰਕੇ ਗ੍ਰੀਸ ਜ਼ਰੂਰੀ ਹੈ ਗ੍ਰੀਸ ਜ਼ਰੂਰੀ ਹੈ ਇਹਨਾਂ ਨੂੰ ਤੇ ਜਾਨੀ ਬੜਾ ਵਧੀਆ ਤੁਹਾਡਾ ਕਰਿਆ ਹੋਇਆ ਇਹ ਹਾਂਜੀ ਤੇ ਆਪ ਜਿਹੜੇ ਤੁਸੀਂ ਸਟicker ਵਗੈਰਾ ਲਾਉਨੇ ਹੋ ਦੇਖੋ ਹਾਂਜੀ ਆ ਇਹ ਉਹਨਾਂ ਦਾ ਗੋਤਾ ਜਿਹਨਾਂ ਨੂੰ ਆਪਣੇ ਡੂ ਕਰਨੀਆਂ ਨੇ ਇਹ ਠੀਕ ਆ ਠੀਕ ਆ ਹਾਂਜੀ ਇਹ ਤੱਕਰਾਂ ਪੂਣੀਆਂ ਦੇ ਨੇ ਇਹ ਹਾਂ ਤੱਕਰਾਂ ਪੂਣੀਆਂ ਹਾਂਜੀ ਆ ਉਹਨਾਂ ਨੂੰ ਦੇਣੀ ਐਮ ਕੇ ਰੋਡ ਕੋਟਲਾ ਟੱਕ ਆ ਨੰਬਰ ਦਿੱਤੇ ਹੋਣੇ ਕਿਸਾਨ ਵੀਰੋ ਇਹਨਾਂ ਦੇ ਹਾਂਜੀ ਹਾਂਜੀ ਆਪਾਂ ਸਕਰੀਨ ਤੇ ਵੀ ਮੈਂਸ਼ਨ ਕਰ ਦਾਂਗੇ ਨੰਬਰ ਥੋੜੀ ਜਿਹੀ ਆਵਾਜ਼ ਦੀ ਪ੍ਰੋਬਲਮ ਹੋਊਗੀ ਕਿਉਂਕਿ ਟਰਾਲੀਆਂ ਬਹੁਤ ਆਉਂਦੀਆਂ ਨੇ ਤੇ ਆ ਵੀਰੇ ਆਪਣਾ ਲੋਗੋ ਆ ਹੈ ਹਾਂਜੀ ਇਹ ਲੋਗੋ ਆ ਵੀਰੇ ਕਿਸਾਨ ਵੀਰੋ ਇਹ ਲੋਗੋ ਇਹਨਾਂ ਦਾ ਦੇਖ ਲਓ ਵੀਰ ਇਹਨਾਂ ਦਾ ਲੋਗੋ ਵੀ ਬੜਾ ਸੋਹਣਾ ਬਣਾਇਆ ਹੋਇਆ ਹਾਂਜੀ ਸ਼ੇਰ ਵਾਲਾ ਤੇ ਨਹੀਂ ਇਹ ਕਹੀਏ ਜਾਨੀ ਤੁਹਾਡੀ ਗੱਲ ਕਰੀਏ ਵੀ ਤਵੀਆਂ ਦੇ ਵਿੱਚ ਨਾਲ ਨਾਲ ਸੋਹਣਾ ਪਨ ਬਹੁਤ ਕਰਿਆ ਹੋਇਆ ਜਿਹੜੀ ਆ ਪੱਤੀ ਲਾਦੀ ਉੱਤੇ ਹਾਂਜੀ ਇਹਨੇ ਗੱਲ ਬਣਾਤੀ ਜਜਨ ਨਾਲ ਆ ਗਿਆ ਨਹੀਂ ਪੂਰੀਆਂ ਦੇ ਨਾਲ ਕੰਮ ਕੁਝ ਵੀ ਨਹੀਂ ਲੱਗਿਆ ਕਿ ਇਹ 10 ਕਿਲੋ ਲੋਹਾ ਵੱਧ ਲੱਗ ਗਿਆ ਹੋਊਗਾ ਆਪਾਂ ਲੋਹਾ ਸੋਚਦੇ ਨਹੀਂ ਕਿ ਵੀ ਹਾਂ ਕੋਈ ਗੱਲ ਨਹੀਂ 5-7 ਕਿਲੋ ਵੱਧ ਲੱਗ ਗਿਆ ਕੋਈ ਚੱਕਰ ਹੈ ਨਹੀਂ ਆਪਾਂ ਨੂੰ ਉਹ ਕੋਈ ਗੱਲ ਨਹੀਂ ਵੀ ਨਾਲ ਤਕੜੀਆਂ ਮਜ਼ਬੂਤੀ ਦੇ ਨਾਲ ਸੋਹਣੀਆਂ ਵੀ ਲੱਗਣ ਹਾਂਜੀ ਹਾਂ ਤੇ ਆਹ ਚੀਜ਼ ਦੇਖੋ ਕਿਸਾਨ ਵੀਰੋ ਕਿੱਡੀਆਂ ਮੋਟੀਆਂ ਲਾਈਆਂ ਨੇ ਆਪਾਂ ਐ ਥੋੜਾ ਵੀ ਐ ਮੋ ਜਾਣਗੀਆਂ ਇਹ ਹਾਂਜੀ ਹਾਂ ਨਾ ਨਾ ਹਿੱਸਾ ਵੀ ਫਿਰ ਇਹ ਮੰਨ ਲਾ ਜਿਹੜਾ ਕਿਸਾਨ ਕਹਿੰਦਾ ਉਹਦੀ ਰਿਕੁਆਇਰਮੈਂਟ ਦੇ ਹਿਸਾਬ ਨਾਲ ਲਾ ਦਿੰਦੇ ਆ ਉਹਨਾਂ ਨੇ ਮੰਨ ਲਓ ਟਾਇਰ ਵਧੀਆ ਚੌੜੇ ਪਾਉਣੇ ਆ ਫਿਰ ਪੋਵੇਂ ਪਾ ਦਿੰਦੇ ਆ ਠੀਕ ਹੈ ਤੇ ਜਿਵੇਂ ਅਗਲਾ ਕਹਿੰਦਾ ਜਿੱਦਾਂ ਉਦਾਂ ਪੁੱਦਾ ਆਪਾਂ ਕਰ ਲੈਨੇ ਆ ਤਵੇ ਵੀ ਜਿਵੇਂ ਲੈਦਾ ਇਹ 8 ਕਿਲੋ ਤੋਂ ਸਟਾਰਟ ਹੋ ਜਾਂਦੇ ਨੇ 8 9 10 ਸਾਢੇ 10 11 ਤੱਕ ਹੋ ਜਾਂਦੇ ਨੇ ਅੱਛਾ ਇਹ ਕਿੰਨੇ ਕਿਲੋ ਵਾਲਾ ਆਪਣਾ ਇਹ 11 ਕਿਲੋ ਚਾ ਇਹ 11 ਕਿਲੋ ਚਾ ਹਾਂਜੀ ਇਹ ਤਾਂ ਦੇਖਣ ਨੂੰ ਆਇਆ ਲੱਗਦਾ ਜਿਵੇਂ ਮੱਟਾ ਪਾਉਣੇ ਤਵੇ ਹੁੰਦੇ ਨੇ ਹਾਂਜੀ ਆਹੋ ਮੈਂ ਕਹਿੰਦਾ ਤਾਂ ਜਿਹਨੇ ਤਵੀਆਂ ਬਣਾਈਆਂ ਨੇ ਹਾਂਜੀ ਉਹਦੀ ਜ਼ਿੰਦਗੀ ਭਰ ਜਾਣੀ ਨਹੀਂ ਕਿ ਹਿਲਦੀ ਨਹੀਂ ਹਿਲਦੀਆਂ ਜੀ ਚਾਹੇ 20 ਕਿਲਾਂ ਦੀ ਖੇਤੀ ਕਰਦਾ ਹੋਵੇ ਤਾਂ ਨਹੀਂ ਬਸ ਤਵੀਆਂ ਤਿਆਰ ਖੜੀਆਂ ਸੀਗੀਆਂ ਜੀ ਹਾਂ ਉਹ ਦੇਖਣ ਆਏ ਸੀ ਅੱਛਾ ਬਾਸ ਉਹ ਕਹਿੰਦੇ ਵੀ ਸਾਨੂੰ ਬਣਾ ਕੇ ਦਿਓ ਉਹਨਾਂ ਨੂੰ ਬਸ ਇਹ 3-4 ਦਿਨ ਨੇ ਪਾਈਆਂ ਨੂੰ ਹਾਂ ਉਹਨਾਂ ਨੂੰ ਐਮਰਜੈਂਸੀ ਬਣਾ ਕੇ ਦਿੱਤੀਆਂ ਨੇ ਅੱਛਾ ਅੱਛਾ ਹੋਰ ਟਰਾਲੀਆਂ ਦਾ ਕੰਮ ਕਿਸਾਨ ਵੀਰੋ ਟਰਾਲੇ ਟੁੱਲੇ ਦਾ ਵੀ ਜ਼ੋਰ ਆ ਬਹੁਤ ਆ ਤੁਹਾਨੂੰ ਪਤਾ ਹੈ ਇਸ ਵਾਰ ਬੇਲਰ ਦਾ ਕੰਮ ਜ਼ਿਆਦਾ ਆ ਹਾਂਜੀ ਹਾਂ ਵੀਰੋ ਨੇ ਟਰਾਲੀਆਂ ਬਹੁਤ ਬਣਾ ਕਿੰਨੀਆਂ ਟਰਾਲੀਆਂ ਬਣਾਦੀਆਂ ਆਪਣੇ ਵੀਰੇ ਲੱਗ ਗਿਆ ਵੀਰੇ 100 ਲਵੇ ਕੰਮ 100 ਲਵੇ ਲੱਗ ਗਿਆ ਹਾਂ ਲੱਗ ਗਿਆ ਜਿਹੜਾ 100 ਟਰਾਲੀ ਬਣਾਦੀ ਕਿਸਾਨ ਵੀਰੋ ਨੇ ਰਾਤ ਦਿਨ ਰਾਤ ਦਾ ਪਤਾ ਨਹੀਂ ਲੱਗਦਾ ਵੀ ਕੰਮ ਛੱਡਦਾ ਕਦ ਨਹੀਂ ਵੀਰੇ ਕੰਮ ਤਾਂ ਹੁਣ ਜਾਨੀ ਪੂਰੇ ਜ਼ੋਰਾਂ ਦੇ ਆਗੇ ਨਹੀਂ ਹਾਂਜੀ ਹਾਂਜੀ ਆ ਟਾਈਮ ਟੂ ਟਾਈਮ ਕੱਢ ਕੇ ਬਣਾਤੀਆਂ ਜੀ ਬਸ ਹਾਂ ਹਾਂਜੀ ਹਾਂ ਤੇ ਮਿੱਟੀ ਲਾਉਣ ਵਾਲੇ ਸਕ੍ਰੈਪਰ ਵੀ ਲਾਏ ਨੇ ਇਹ ਵੀ ਤੁਹਾਡੇ ਬਹੁਤ ਵਧੀਆ ਲਾਏ ਨੇ ਵੀਰੇ ਹਾਂਜੀ ਹਾਂ ਵੀਰੇ ਇਹ ਗਾਈ ਕਰਕੇ ਲਾਏ ਨੇ ਆਪਣੇ ਨਹੀਂ ਤਾਂ ਸਿੱਧੇ ਲਾਉਂਦੇ ਨੇ ਜਾਂ ਲਾਉਂਦੇ ਨੇ ਹਾਂ ਨਹੀਂ ਤਾਂ ਅੱਜ ਕੱਲ ਮੈਂ ਦੇਖਦਾ ਸਿੱਧੀ ਪੱਤੀ ਲਾ ਕੇ ਉਹਨੂੰ ਸਿੱਧੇ ਲਾਉਂਦੇ ਨੇ ਮੈਂ ਤੁਹਾਨੂੰ ਦੱਸਦਾ ਵੀ ਚਲੋ ਇਹ ਸਿਸਟਮ ਬਾਹਰ ਦੱਸਣ ਵਾਲੇ ਹੁੰਦੇ ਹਾਂ ਸਾਰਾ ਜੋਰ ਇੱਥੇ ਹੀ ਖੜਾ ਅੱਛਾ ਟਰੈਕਟਰ ਦਾ ਜੋਰ ਇਹਨਾਂ ਦੀ ਖੜਾ ਠੀਕ ਆ ਵੀ ਇਹਨੇ ਕਿਵੇਂ ਲੱਗਣੇ ਨੇ ਟਰੈਕਟਰੇ ਇੱਥੇ ਰੋੜ ਜਾਂ ਘਟਲ ਵੱਧ ਕਰਨਾ ਵਾ ਠੀਕ ਆ ਠੀਕ ਆ ਇਹਨਾਂ ਇਹ ਸਿਰ ਤੀ ਸਭ ਕੁਝ ਠੀਕ ਆ ਠੀਕ ਆ ਤੇ ਆਹ ਦੇਖ ਲਓ ਕਿਸਾਨ ਵੀਰੋ ਤਵੀਆਂ ਤੁਸੀਂ ਦੇਖ ਲਈਆਂ ਸਾਰੀਆਂ ਸੀਲਾਂ ਵਗੈਰਾ ਸਾਰਾ ਕੁਝ ਮਜ਼ਬੂਤੀ ਦਾ ਆ ਸਾਰਾ ਗੈਰ ਵਗੈਰਾ ਆਪਣੀ ਕਟਿੰਗ ਆ ਸਾਰੀ ਹਾਂ ਹਾਂ ਸਾਰੀ ਲੇਜ਼ਰ ਕਟਿੰਗ ਆ ਲੇਜ਼ਮਾ ਲੇਜ਼ਰ ਤੇ ਕਟਾਈ ਆ ਸਾਰੀ ਆ ਫੁੱਲ ਹੈ ਵੀ ਹਾਂ ਸਾਰਾ ਕੁਝ ਫੁੱਲ ਹੈ ਵੀ ਆਹ ਚੀਜ਼ ਦੇਖ ਲਓ ਐਨ ਪੂਰੇ ਮਜ਼ਬੂਤੀ ਜਾਂ ਥੋੜਾ ਕੋਈ ਪੈਪ ਵਗੈਰਾ ਲਾਏ ਹੋਇਆ ਠੋਸ ਲੱਠਾ ਜੀ ਹਾਂ ਉਹੀ ਕਹਿੰਦਾ ਵੀ ਠੋਸ ਲੱਠਾ ਇਹ ਜੇ ਮੰਨ ਲਓ ਉੱਥੇ ਉੱਤੇ ਵੀ ਆਪਣਾ ਬੁਸ਼ ਲਾ ਕੇ ਲਾਇਆ ਹੋਇਆ ਹਾਂ ਕਿਤੇ ਕਿਤੇ ਸਰਾਖ ਮਾਰੇ ਆਪਾਂ ਨੇ ਵੀ ਪੈਪ ਹੁੰਦਾ ਹੀ ਅੱਛਾ ਅੱਛਾ ਤੇ ਇਹਦੇ ਵੀ ਜਿੱਤੇ ਕਿਤੇ ਵੀ ਸਰਾਖ ਮਾਰੇ ਉਹ ਚ ਆਪਾਂ ਜੇ ਪਿੰਨ ਪਾਈਆ ਤਾਂ ਬੁਸ਼ ਲਾ ਕੇ ਪਾਈਆ ਬੁਸ਼ ਲਾ ਕੇ ਪਾਈਆ ਪੂਰਾ ਹੈਵੀ ਲਾਇਆ ਆਪਾਂ ਹਾਂ ਹਾਂ ਐ ਨਹੀਂ ਵੀ ਮੁੜ ਕੇ ਸਰਾਖ ਖੁੱਲ ਜੂਗਾ ਕੋਈ ਨਹੀਂ ਹੋਊਗੀ ਠੀਕ ਆ ਨਹੀਂ ਹੁੰਦੀ ਹਾਂ ਤੇ ਆਹ ਦੇਖੋ ਵੈਰਮ ਵਗੈਰਾ ਇੱਥੇ ਜੋ ਲਾਏ ਨੇ ਪੂਰੀ ਮਜ਼ਬੂਤੀ ਵਾਲਾ ਜਾਨੀ ਕੰਮ ਕਰਿਆ ਆ ਤੇ ਚਲੋ ਠੀਕ ਆ ਵੀਰ ਜੀ ਹਾਂਜੀ ਵੀਰ ਜੀ ਹੋਰ ਤਾਂ ਕੁਝ ਨਹੀਂ ਰਿਹਾ ਦੇਖਣ ਨੂੰ ਜਾਨੀ ਥੋੜੀ ਬਹੁਤ ਸੋਹਣੀਆਂ ਤਵੀਆਂ ਬਣਾਈਆਂ ਨੇ ਹਾਂਜੀ ਹਾਂਜੀ ਤੇ ਅਸੀਂ ਤਾਂ ਦੁਆ ਕਰਦੇ ਆ ਤੁਸੀਂ ਵਧੀਆ ਵਧੀਆ ਸੰਦ ਬਣਾਉਂਦੇ ਰਹੋ ਅਸੀਂ ਵੀਡੀਓ ਬਣਾਉਂਦੇ ਰਹੀਏ ਥੋੜੀ ਨਹੀਂ ਹਾਂਜੀ ਵੀਰੇ ਹਾਂਜੀ ਤੇ ਕਿਸਾਨਾਂ ਨੂੰ ਪਸੰਦ ਆਉਂਦੇ ਨੇ ਤਾਂ ਹੀ ਆਉਂਦੇ ਨੇ ਤੁਹਾਡੇ ਕੋਲ ਕਿ ਨਹੀਂ ਤਾਂ ਹੀ ਆਉਂਦੇ ਨੇ ਤੇ ਬਹੁਤ ਬਹੁਤ ਧੰਨਵਾਦ ਤੁਹਾਡਾ ਕਿਸਾਨਾਂ ਨੂੰ ਜਾਣਕਾਰੀ ਦੇਣ ਲਈ ਥੈਂਕ ਯੂ ਵੈਰੀ ਮੱਚ ਵੀਰੇ ਠੀਕ ਹਾਂਜੀ ਕਿਸਾਨ ਵੀਰੋ ਜੇ ਜਾਣਕਾਰੀ ਤੁਹਾਨੂੰ ਵਧੀਆ ਲੱਗੇ ਤਾਂ ਵੀਡੀਓ ਨੂੰ ਅੱਗੇ ਸਾਂਝਾ ਕਰਨਾ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਜੇ ਫੇਸਬੁੱਕ ਤੇ ਤਾਂ ਫਾਲੋ ਕਰਨਾ ਤੇ ਹੁਣ ਤੇ ਆਪਾਂ ਨੂੰ ਇਜਾਜ਼ਤ ਮਿਲਾਂਗੇ ਨੈਕਸਟ ਵੀਡੀਓ ਵਿੱਚ ਧੰਨਵਾਦ।